ਇਹਦੀ ਖਾਸੀਅਤ ਸਭ ਤੋਂ ਵਧੀਆ ਇਹ ਹੈ ਯਾਰ, ਐਂਡ ਤਾਂ ਹੀ ਹਰਾ ਰਹਿੰਦਾ, ਠੀਕ ਮੁੰਜਰਾਂ ਇਕੱਲੀਆਂ ਪੱਕ ਜਾਂਦੀਆਂ, ਐਂਡ ਤੱਕ ਹਰਾ ਭਰਾ ਰਹਿੰਦਾ। ਹਾਂਜੀ, ਕੋਈ ਬਿਮਾਰੀ ਦਾ ਅਟੈਕ ਨਹੀਂ, ਕੋਈ ਬਿਮਾਰੀ ਨਹੀਂ ਪਈ। ਤੁਹਾਡਾ ਜਿਵੇਂ ਪਾਣੀ ਮਾੜਾ, ਹਾਂਜੀ, ਤੁਸੀਂ ਵੀ ਬਿਰਲਾ ਲਾਉਣੇ ਆ ਕਿ ਸੰਘਣਾ? ਨਹੀਂ, ਠੀਕ ਹੀ ਲਾਉਂਦੇ, ਨੋਰਮਲ ਜਿਵੇਂ ਆਮ ਲਾਉਂਦੇ, ਪਿੰਡਾਂ ਵਾਲੇ ਲਾਉਂਦੇ ਜੀ, ਪਿੰਡਾਂ ਵਾਲੀ ਲੇਬਰੀ ਲਾਉਂਦੀ ਜੀ ਸਾਡੀ। ਅੱਛਾ, ਕੋਈ ਚੱਲਣ ਦੇ ਵਿੱਚ ਦਿੱਕਤ? ਨਹੀਂ, ਕੋਈ ਦਿੱਕਤ ਨਹੀਂ ਆਉਂਦੀ, ਨਾਲ ਦੀ ਨਾਲ। ਬੂਟਾ ਬੜੀ ਇਹਦਾ ਵਿਸ਼ੇਸ਼ ਹੈ ਜੀ, ਇਹਦਾ ਜਿਹੜਾ ਬੂਟਾ ਬਹੁਤ ਵਧੀਆ ਜਾਨਦਾਰ ਬੂਟਾ ਹੁੰਦਾ ਜੀ। ਕੇਰਾ ਪਨੀਰ ਦੀ ਲਾਤੀ ਨਾ ਜੀ? ਉਹ ਡਿੱਗਦਾ ਨਹੀਂ ਜੀ, ਇਹਦੀ ਕੇਰਾ ਪਨੀਰ ਦੀ ਲਾਤੀ, ਉਹਦਾ ਬੂਟਾ ਨਹੀਂ ਮੱਚੂਗਾ ਜੀ, ਇਹ ਵੀ ਗਰੰਟੀ ਹੈ। ਸਵਾਗਤ ਆ ਜੀ ਤੁਹਾਡਾ ਸਾਡਾ ਕਿਸਾਨ ਚੈਨਲ 'ਤੇ। ਦੋਸਤੋ, ਪੰਜਾਬ ਦੇ ਪਿੰਡਾਂ ਦੇ ਵਿੱਚੋਂ ਮੇਰੇ ਨਾਲ ਕੁਛ ਕਿਸਾਨ ਵੀਰ ਆ ਜਿਨ੍ਹਾਂ ਨੇ ਪਿਛਲੇ ਸਾਲ ਝੋਨੇ ਦੀ ਨਵੀਂ ਵਰਾਇਟੀ ਸੁਪਰ CR212 ਲਗਾਈ ਸੀ। ਆਓ ਜਾਣਦੇ ਆ ਪਿਛਲੇ ਸਾਲ ਇਸਦਾ ਕਿੰਨਾ ਝਾੜ ਆਇਆ ਅਤੇ ਕਿਹੜੀ ਕਿਹੜੀ ਬਿਮਾਰੀ ਦਾ ਅਟੈਕ ਇਸ ਉੱਪਰ ਆਇਆ, ਪੱਕਣ ਦੇ ਵਿੱਚ ਕਿੰਨਾ ਸਮਾਂ ਲੈਂਦੀ ਆ, ਅਤੇ ਕਿਸਾਨ ਵੀਰਾਂ ਦਾ ਸਭ ਤੋਂ ਵੱਡਾ ਸਵਾਲ ਕਿ ਮਾੜੇ ਪਾਣੀ ਦੇ ਵਿੱਚ ਕਿਹੜੀ ਵਰਾਇਟੀ ਹੈ ਜਿਹੜਾ ਚੰਗਾ ਝਾੜ ਦਿੰਦੀ ਆ, ਆਓ ਜਾਣਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ। ਹਾਂਜੀ ਬਾਈ ਜੀ, ਤੁਹਾਡਾ ਨਾਮ? ਮੇਰਾ ਨਾਮ ਜਸਵੀਰ ਸਿੰਘ ਹੈ ਜੀ। ਪਿੰਡ? ਪਿੰਡ ਪਿਓਰੀ ਹੈ ਜੀ। ਪਿਓਰੀ? ਤੁਹਾਡਾ ਨਾਮ ਜੀ? ਮੇਰਾ ਨਾਮ ਪਿੰਦਰ ਨੰਬਰਦਾਰ ਜੀ। ਪਿੰਡ? ਸਮਾਗ ਜੀ। ਦਿਲਰਾਜ ਸਿੰਘ, ਪਿੰਡ ਲਾਲ ਬਾਈ ਜੀ। ਮਨਜਿੰਦਰ ਸਿੰਘ, ਪਿੰਡ ਥਰਾਜਵਾਲਾ। ਅੱਛਾ, ਤੁਸੀਂ ਮੈਨੂੰ ਇਹ ਦੱਸੋ ਕਿ ਕਿੰਨੇ ਕਿਲੇ ਲਗਾਏ ਸੀਗੇ ਸੁਪਰ ਸੀਆਰ ਤੋਂ? ਪਿਛਲੇ ਸਾਲ ਸੁਪਰ ਸੀਆਰ ਦੇ ਜੀ 8 ਕਿਲੇ ਲਾਏ ਸੀ। ਪਿਛਲੇ ਸਾਲ ਲਾਇਆ ਸੀ ਕਿ ਪਹਿਲਾਂ ਵੀ ਲਾਉਂਦੇ ਆ ਰਹੇ ਹੋ? 2 ਸਾਲ ਤੋਂ ਜੀ, 2019 ਤੋਂ। ਅੱਛਾ, 2 ਸਾਲ ਕੀ ਝਾੜ ਮਿਲ ਰਿਹਾ? ਪਿਛਲੇ ਸਾਲ ਭਾਅ ਜੀ 84 ਦੀ ਐਵਰੇਜ ਸੀ, ਟੋਟਲ ਐਵਰੇਜ 84 ਮਨ ਦੇ। 84 ਮਨ ਜੀ, ਠੀਕ ਹੈ। ਪੱਕਣ ਦੇ ਵਿੱਚ ਕਿੰਨਾ ਸਮਾਂ ਲੈਂਦੀ ਆ? 155-160 ਦਿਨ ਲੱਗੇ ਜੀ। ਲੰਬੇ ਸਮੇਂ ਵਾਲੀ ਵਰਾਇਟੀ? ਲੰਬੇ ਸਮੇਂ ਦੀ ਵਰਾਇਟੀ ਜੀ। ਠੀਕ ਹੈ, ਅਤੇ ਜ਼ਮੀਨ ਅਤੇ ਪਾਣੀ ਕਿਹੋ ਜਿਹਾ ਤੁਹਾਡਾ? ਪਾਣੀ 1 ਨੰਬਰ ਜੀ, ਜ਼ਮੀਨ ਭਾਰੀ। ਠੀਕ ਹੈ, ਕਿਸੇ ਬਿਮਾਰੀ ਦਾ ਅਟੈਕ ਨਹੀਂ ਜੀ? ਜਿਵੇਂ ਆਪਣੇ ਕਿਸਾਨ ਵੀਰ ਕਹਿ ਜਾਂਦੇ ਆ ਕਿ ਹਲਦੀ ਰੋਗ ਆ ਗਿਆ, ਜਾਂ ਕਹਿ ਜਾਂਦੇ ਯਾਰ ਪਟਾਕਾ ਜਿਹਾ ਮਾਰ ਦਿੰਦਾ, ਐਸੀ ਕੋਈ ਬਿਮਾਰੀ? ਭਾਅ ਜੀ, ਤੁਹਾਨੂੰ ਕੋਈ ਬਿਮਾਰੀ ਨਹੀਂ, ਸ਼ੁਰੂ ਤੋਂ ਲੈ ਕੇ ਐਂਡ ਤੱਕ ਲਗਭਗ ਹਰਾ ਭਰਾ ਰਹਿੰਦਾ ਜੀ। ਠੀਕ ਹੈ, ਅਤੇ ਕੋਈ ਖਾਦ? ਖਾਦ ਜਿਵੇਂ ਆਪਾਂ ਰੂਟੀਨ 'ਚ ਪਾਉਂਦੇ ਹਾਂ ਜੀ, ਜਿਵੇਂ 2.5 ਗੱਟੇ ਯੂਰੀਆ ਦਿੱਤੀ ਜੀ, 25 ਕਿਲੋ DAP ਦਿੱਤੀ ਜੀ। ਇਸ ਤੋਂ ਇਲਾਵਾ? ਇਸ ਤੋਂ ਇਲਾਵਾ ਪੋਟਾਸ਼ ਪਾਤੀ ਜੀ 17 ਕਿਲੋ। ਅੱਛਾ, ਜਿੰਕ ਆਪਾਂ ਰੂਟੀਨ 'ਚ ਪਾਉਣੇ ਜੀ। ਠੀਕ ਹੈ, ਹਾਂਜੀ। ਤੁਸੀਂ ਬਾਈ ਜੀ? ਮੇਰਾ ਪਿੰਡ ਥਰਾਜਵਾਲਾ, ਬਾਈ ਦਾ ਗੁਆਂਢੀ ਐਮ ਲਾਲ ਬਾਈ, ਬਾਈ ਦਾ ਪਿੰਡ। ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਵੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ CR212 ਲਗਾਉਂਦੇ ਨੂੰ? ਨਹੀਂ, ਪਹਿਲਾਂ CR212 ਲਾਉਂਦੇ ਸੀ, 3 ਸਾਲ ਉਹ ਲਾਇਆ, ਉਦੋਂ ਪਿੱਛੋਂ ਹੁਣ ਆਪਾਂ ਸੁਪਰ 212 ਲਾਇਆ, 2 ਸਾਲ ਇਹਨੂੰ ਹੋ ਗਏ, ਪਿਛਲੇ ਸਾਲ ਆਪਣੇ 85 ਮਨ ਨਿਕਲੇ। 85 ਮਨ? ਹਾਂਜੀ। ਅਤੇ ਪੱਕਣ ਦੇ ਵਿੱਚ ਕਿੰਨਾ ਟਾਈਮ ਲੱਗਾ ਤੁਹਾਡੇ? ਪੱਕਣ 'ਚ 150 ਦਿਨ ਲੈ ਗਿਆ ਲਗਭਗ, ਅਤੇ ਬਸ ਇਹਦੀ ਖਾਸੀਅਤ ਸਭ ਤੋਂ ਵਧੀਆ ਇਹ ਹੈ ਯਾਰ, ਐਂਡ ਤਾਂ ਹੀ ਹਰਾ ਰਹਿੰਦਾ, ਠੀਕ ਮੁੰਜਰਾਂ ਇਕੱਲੀਆਂ ਪੱਕ ਜਾਂਦੀਆਂ, ਐਂਡ ਤੱਕ ਹਰਾ ਭਰਾ ਰਹਿੰਦਾ। ਹਾਂਜੀ, ਕੋਈ ਬਿਮਾਰੀ ਦਾ ਅਟੈਕ ਨਹੀਂ? ਕੋਈ ਬਿਮਾਰੀ ਨਹੀਂ ਪਈ। ਅਤੇ ਇੱਕ ਮੈਨੂੰ ਇਹ ਦੱਸੋ, ਤੁਸੀਂ ਸੰਘਣਾ ਲਾਉਂਦੇ ਹੋ ਕਿ ਬਿਰਲਾ? ਨੋਰਮਲ ਪਿੰਡਾਂ ਨਾਲ ਤੁਲਵਾਉਂਦੇ ਹਾਂ, ਜਿਵੇਂ ਦੂਜਾ ਝੋਨਾ ਲੱਗਦਾ ਉਸੇ ਤਰ੍ਹਾਂ ਹੀ ਲੱਗਦਾ। ਅੱਛਾ, ਅਤੇ ਪਾਣੀ ਤੁਹਾਡਾ? ਪਾਣੀ 1 ਨੰਬਰ ਹੈ ਜੀ। ਠੀਕ ਹੈ। ਹਾਂ ਬਾਈ ਜੀ। ਹਾਂਜੀ ਸਰ। ਤੁਹਾਡਾ ਪਿੰਡ? ਪਿਓਰੀ ਪਿੰਡ ਜੀ, ਜਸਵੀਰ ਸਿੰਘ ਨਾਮ ਮੇਰਾ। ਠੀਕ ਹੈ, ਅਤੇ ਤੁਹਾਡੇ ਸੁਪਰ CR212 ਨੇ ਕਿੰਨਾ ਝਾੜ ਦਿੱਤਾ? ਸਾਡੇ ਜੀ ਸੁਪਰ CR212 85 ਤੋਂ ਪਲੱਸ ਰਿਹਾ ਜੀ। 85 ਮਨ ਤੋਂ ਪਲੱਸ? ਹਾਂਜੀ। ਕਿੰਨਾ ਸਮਾਂ ਹੋ ਗਿਆ ਲਗਾਉਂਦੇ ਨੂੰ? 2 ਸਾਲ ਹੋ ਗਏ। ਠੀਕ ਹੈ, ਅਤੇ ਇਹ ਦੱਸੋ ਤੁਹਾਡਾ ਪਾਣੀ ਅਤੇ ਜ਼ਮੀਨ ਕਿਹੋ ਜਿਹੀ ਆ? ਜ਼ਮੀਨ ਸਾਡੀ ਵਧੀਆ ਜੀ, ਨਹਿਰੀ ਪਾਣੀ ਵਧੀਆ, ਅਤੇ ਮੋਟਰਾਂ ਵਾਲਾ ਪਾਣੀ ਹੈਗਾ ਜੀ 1.5-2 ਨੰਬਰ। ਜਾਣੀ ਕਿ ਮਾੜਾ 2 ਨੰਬਰ ਤੱਕ ਹੈਗਾ? ਹਾਂ, 2 ਨੰਬਰ ਤੱਕ ਹੈਗਾ। ਅਤੇ ਇਸ ਕਿਸਮ ਦੀ ਇੱਕ ਕਿਸਾਨ ਵੀਰ ਵਿਸ਼ੇਸ਼ਤਾ ਕਿ ਇਹ 2 ਨੰਬਰ ਤੱਕ ਮਾੜੇ ਪਾਣੀ ਦੇ ਵਿੱਚ ਵੀ ਕਾਮਯਾਬ ਆ, ਚੰਗਾ ਝਾੜ ਆ, ਲਗਭਗ 80-85 ਮਨ ਕਿਸਾਨ ਵੀਰ ਕਹਿ ਰਹੇ ਆ। ਇੱਕ ਮੈਨੂੰ ਇਹ ਦੱਸੋ, ਤੁਹਾਡੇ ਜਿਵੇਂ 2 ਨੰਬਰ ਪਾਣੀ ਆ, ਕੱਸੀ ਦਾ ਪਾਣੀ ਲੱਗਦਾ ਗਾ, ਟਾਈਮ ਕਿੰਨਾ ਲੱਗ ਗਿਆ ਸੀਗਾ? ਟਾਈਮ ਸਰ ਇਹ ਲੈ ਜਾਂਦਾ ਜੀ 155-160 ਦਿਨ। ਠੀਕ ਹੈ, ਹਾਂਜੀ। ਅਤੇ ਹੋਰ ਕੋਈ ਖਾਸੀਅਤ, ਕੋਈ ਬਿਮਾਰੀ ਦਾ ਅਟੈਕ? ਬਿਮਾਰੀ ਜੀ ਫੰਗੀ ਸਾਈਡ ਨੂੰ ਬਿਲਕੁਲ ਨਹੀਂ ਆਉਂਦੀ, ਬਹੁਤ ਘੱਟ ਆਉਂਦੀ ਹੈ ਫੰਗਸ, ਬਹੁਤ ਨਹੀਂ ਆਉਂਦੀ। ਅਤੇ ਆਮ ਨੋਰਮਲ ਜਿਹੜੀ ਆਪਾਂ ਰੇਹ ਸਪਰੇ ਦੂਜੇ ਝੋਨੇ 'ਤੇ ਕਰਦੇ ਹਾਂ, ਠੀਕ ਹੈ, ਉਸ ਤਰ੍ਹਾਂ ਹੀ ਕਰਦੇ ਹਾਂ, ਜਿਹਨੂੰ ਕੋਈ ਵਿਸ਼ੇਸ਼ ਖਾਦ ਨਹੀਂ ਪਾਉਂਦੇ, ਵੀ ਜਿਵੇਂ ਜਿਸ ਤਰ੍ਹਾਂ ਯੂਰੀਆ ਜਿੰਨੀ ਪਹਿਲਾਂ ਪਾਉਣੀ ਹੈ। ਹਾਂਜੀ, ਬੂਟਾ ਵਧੀਆ ਜ਼ਬਰਦਸਤ ਹੁੰਦਾ ਜੀ। ਇੱਕ ਮੈਨੂੰ ਇਹ ਦੱਸੋ ਵੀ ਜਿਵੇਂ ਤੁਹਾਡਾ ਮਾੜਾ ਪਾਣੀ ਆ, ਹਾਂਜੀ, ਕੋਈ ਹੋਰ ਟ੍ਰੀਟਮੈਂਟ, ਕੋਈ ਸਪੈਸ਼ਲ ਸਪਰੇ ਕਿ? ਨਹੀਂ ਜੀ, ਨਹੀਂ ਕੋਈ ਹੋਰ ਸਪਰੇ। ਠੀਕ ਹੈ, ਹਾਂ ਇਹੀ ਕਰਦੇ ਹਾਂ, ਨੋਰਮਲ ਜਿਵੇਂ ਦੂਜੇ ਝੋਨੇ ਨੂੰ ਜਿੰਨੀ ਖਾਦ ਦਿੰਦੇ ਹਾਂ ਯੂਰੀਆ, ਅਤੇ ਉਸ ਤਰ੍ਹਾਂ ਹੀ ਇਹਨੂੰ ਪਾਉਣੀ। ਠੀਕ ਹੈ, ਜਿੰਕ ਵਾਲਾ ਜਿਹੜੀ ਪਾਉਣੀ ਆਪਾਂ, ਜਿੰਕ ਪਾਉਣੀ ਯੂਰੀਆ ਦੇ ਨਾਲ ਪਹਿਲੀ ਕਿਸ਼ਤ ਦੇ ਨਾਲ, ਉਸ ਤਰ੍ਹਾਂ ਹੀ ਪਾਉਣੀ। ਅੱਛਾ ਅੱਛਾ, ਠੀਕ ਹੈ। ਤੁਸੀਂ ਮੈਨੂੰ ਇਹ ਦੱਸੋ, ਸੁਪਰ CR212 ਲਗਾਉਂਦੇ ਨੂੰ ਕਿੰਨਾ ਕੁ ਟਾਈਮ ਹੋ ਗਿਆ? 2 ਸਾਲ ਜੀ। 2 ਸਾਲ, ਅਤੇ ਕਿੰਨਾ ਝਾੜ ਦਿੱਤਾ ਤੁਹਾਡੇ ਖੇਤ ਦੇ ਵਿੱਚ? ਇਹ ਸਾਡੇ 85-86 ਮਨ ਐਵਰੇਜ ਸਾਰੇ ਵਾਹਣ ਦੀ ਪੈਂਦੀ ਰਹੀ ਹੈ ਜੀ, 22-25 ਕਿੱਲਿਆਂ ਦੀ। ਤੁਹਾਡਾ ਖੇਤ ਚੰਗਾ? ਸਾਡਾ ਖੇਤ ਠੀਕ ਹੈ ਜੀ। ਪਾਣੀ? ਪਾਣੀ ਪਾਣੀ ਦੀ ਵੀ ਸੁਣ ਲਓ ਜੀ, 5 ਕਿੱਲੇ ਮੇਰੇ ਕੱਸੀ ਦਾ ਪਾਣੀ ਨਹੀਂ ਜਾਂਦਾ ਜੀ, ਮੈਂ ਇਕੱਲੀ ਮੋਟਰ ਦਾ ਪਾਣੀ ਲਾਉਂਦਾ ਰਿਹਾ, ਕੋਈ ਫਰਕ ਨਹੀਂ ਪਿਆ ਜੀ ਝਾੜ 'ਚ।
ਬਰਾਬਰ ਕੋਈ ਬਿਮਾਰੀ ਦਾ ਅਟੈਕ ਸਭ ਤੋਂ ਘੱਟ ਬਿਮਾਰੀ ਪੈਂਦੀ ਤਾਂ CR 212 ਨੂੰ ਪੈਂਦੀ ਹੈ ਜੀ, ਇਹ ਮੇਰੀ ਗਰੰਟੀ ਹੈ। ਠੀਕ ਹੈ, ਜੇ ਕੋਈ ਕਿਸਾਨ ਵੀਰ ਚਾਹੇ ਤੁਹਾਡੇ ਕੋਲ ਆ ਸਕਦਾ? ਜੋ ਮੇਰੇ ਕੋਲ ਆ ਸਕਦਾ ਮੈਂ ਜ਼ਿੰਮੇਵਾਰੀ ਵੀ ਲੈ ਸਕਦਾ। ਜ਼ਿੰਮੇਵਾਰੀ ਵੀ? ਹਾਂ। ਅਤੇ ਇੱਕ ਗੱਲ ਮੈਨੂੰ ਦੱਸਿਓ ਕਿ ਜਿਹੜਾ ਸੁਪਰ CR 212, ਹਾਂਜੀ, ਜਿਵੇਂ ਆਪਣੇ ਕਿਸਾਨ ਵੀਰ ਕਹਿ ਦਿੰਦੇ ਕਿ ਯਾਰ ਪਟਾਕਾ ਜਿਹਾ ਮਾਰ ਗਿਆ, ਬਾਈ ਜੀ ਜ਼ਿੰਦਗੀ 'ਚ ਨਹੀਂ 5 ਸਾਲ ਆਪਾਂ ਇਹ ਨਹੀਂ ਵੇਖਿਆ ਵੀ ਇਹ ਪਟਾਕਾ ਮਾਰਦਾ, ਇਹਦੀ ਜ਼ਿੰਮੇਵਾਰੀ ਆਪਣੀ ਫੁੱਲ ਆ ਜੀ। ਅਤੇ ਮੈਨੂੰ ਇਹ ਦੱਸੋ ਕਿ ਮੈਂ ਵੀ 1 ਸਾਲ ਪਹਿਲਾਂ ਵੀਡੀਓ ਪਾਈ ਸੀ, ਉਦੋਂ CR 212 ਦੀ ਸੀ, ਹਾਂਜੀ, ਕਿਸੇ ਕਿਸਾਨ ਵੀਰ ਨੇ ਬਠਿੰਡੋ ਬੀਜ ਲਿਆ ਸੀਗਾ, ਹਾਂਜੀ, ਅਤੇ ਉਹਦੇ ਵਿੱਚ ਨਾ ਮਿਕਸਿੰਗ ਆ ਗਈ ਸੀ ਕਾਫੀ ਜ਼ਿਆਦਾ। ਨਹੀਂ ਉਹ ਤਾਂ ਅਸੀਂ ਇਹਦਾ ਪੰਜਾਬ ਵੀ ਭਨਾਰ ਤੋਂ ਹੀ ਬੀਜ ਲੈਂਦੇ ਰਹੇ ਹਾਂ, ਇਹਨਾਂ ਨੂੰ ਵੀ ਬੀਜ ਦਿੰਦੇ ਰਹੇ ਹਾਂ। ਅੱਛਾ, ਅਤੇ ਮਿਕਸ ਤਾਂ ਆਊਗੀ ਜਦੋਂ ਆਪਾਂ ਪ੍ਰਾਈਵੇਟ ਗਲਤ ਬੰਦੇ ਤੋਂ ਬੀਜ ਲਿਆ ਜੀ, ਇਹਨਾਂ ਦਾ ਬੀਜ ਸਾਡੇ ਹਿਸਾਬ ਨਾਲ ਵੀ ਇਹ ਫਾਰਮ ਠੀਕ ਆ। ਹਾਂ ਇਹ ਫਾਰਮ ਠੀਕ ਹੈ, ਆਮ ਸਾਰੇ ਹਿੰਦੁਸਤਾਨ 'ਚ ਠੀਕ ਆ ਜੀ, ਇਕੱਲਾ ਪੰਜਾਬ ਇੱਥੇ ਨਹੀਂ ਗਾ, ਇਹਨਾਂ ਸੀ ਇਹਨਾਂ ਤੋਂ ਲਿਆ ਸੀਗਾ। ਹਾਂਜੀ ਇਹਨਾਂ ਤੋਂ ਲੈਂਦੇ ਜੀ, ਬੂਟਾ ਬੜੀ ਇਹਦਾ ਵਿਸ਼ੇਸ਼ ਹੈ ਜੀ, ਇਹਦਾ ਜਿਹੜਾ ਬੂਟਾ ਬਹੁਤ ਵਧੀਆ ਜਾਨਦਾਰ ਬੂਟਾ ਹੁੰਦਾ ਜੀ। ਕਿਹੜਾ ਪਨੀਰੀ ਲਾਤੀ ਨਾ ਜੀ? ਉਹ ਡਿੱਗਦਾ ਨਹੀਂ ਜੀ, ਇਹਦੀ ਕਿਹੜਾ ਪਨੀਰੀ ਲਾਤੀ, ਉਹਦਾ ਬੂਟਾ ਨਹੀਂ ਮੱਚੂਗਾ ਜੀ, ਇਹ ਵੀ ਗਰੰਟੀ ਹੈ। ਅੱਛਾ, ਇੱਕ ਮੈਨੂੰ ਇਹ ਦੱਸੋ ਵੀ ਤੁਸੀਂ ਸੰਘਣਾ ਲਾਉਂਦੇ ਕਿ ਵਿਰਲਾ? ਅਸੀਂ ਤਾਂ ਜੀ ਵਿਰਲਾ ਹੀ ਲਾਉਣੀ। ਅੱਛਾ, ਵਿਰਲਾ ਹੀ ਲਾਉਣੀ, ਬੂਟਾ ਕਾਫੀ ਮਾਰਦਾ ਇਹ? ਬਈਏ ਲਾਉਂਦੇ ਆ, ਵਿਰਲਾ ਹੀ ਲਾ ਜਾਂਦੇ ਆ, ਅਤੇ ਉਨਾ ਹੀ ਫਾਇਦਾ ਹੋ ਜਾਂਦਾ ਜੀ, ਉਹਨੂੰ ਹਵਾ ਧੁੱਪ ਚੰਗੀ ਲੱਗਦੀ। ਤੁਹਾਡਾ ਜਿਵੇਂ ਪਾਣੀ ਮਾੜਾ, ਹਾਂਜੀ, ਤੁਸੀਂ ਵੀ ਵਿਰਲਾ ਲਾਉਣੀ ਆ ਕਿ ਸੰਘਣਾ? ਨਹੀਂ ਠੀਕ ਹੀ ਲਾਉਣੀ, ਨੋਰਮਲ ਜਿਵੇਂ ਆਮ ਲਾਉਂਦੇ ਪਿੰਡਾਂ ਵਾਲੇ ਲਾਉਂਦੇ ਜੀ, ਪਿੰਡਾਂ ਵਾਲੀ ਲਾਉਂਦੀ ਜੀ ਸਾਡੀ। ਅੱਛਾ, ਕੋਈ ਚੱਲਣ ਦੇ ਵਿੱਚ ਦਿੱਕਤ? ਨਹੀਂ ਕੋਈ ਦਿੱਕਤ ਨਹੀਂ ਆਉਂਦੀ, ਨਾਲ ਦੀ ਨਾਲ। ਅਤੇ ਤੁਹਾਡੇ 'ਚੋਂ ਕਿਸੇ ਵੀ ਕਿਸਾਨ ਵੀਰਾਂ ਚਾਰਾਂ ਦੇ ਵਿੱਚੋਂ ਸਿੱਧੀ ਬਿਜਾਈ ਕੀਤੀ ਆ? ਸਿੱਧੀ ਨਹੀਂ ਕੀਤੀ, ਸਿੱਧੀ ਨਹੀਂ ਕੀਤੀ। ਅੱਛਾ, ਵੀ ਲਵਾਏ ਕੱਦੂ ਕਰਕੇ? ਕੱਦੂ ਕਰਕੇ ਪਰ ਕਈ ਪਨੀਰੀ ਆ ਜਿਹੜੀ ਇਹਦੀ ਮਤਲਬ 25 ਤੋਂ 30 ਦਿਨਾਂ ਵਿੱਚ ਹੋਣੀ ਚਾਹੀਦੀ ਹੈ। 25 ਤੋਂ 30 ਦਿਨਾਂ ਦੇ ਵਿੱਚ ਲੱਗ ਜਾਣੀ ਚਾਹੀਦੀ? ਹਾਂ, 30 ਦਿਨਾਂ ਦੀ ਪਨੀਰੀ ਲੱਗ ਜਾਣੀ ਚਾਹੀਦੀ ਹੈ। ਅੱਛਾ ਅੱਛਾ, ਹਾਂਜੀ, ਉਹ ਪੱਕਣ ਨਾ ਦੇਵੇ ਜਣੀ। ਠੀਕ ਆ, ਅਤੇ ਤੁਸੀਂ ਬੀਜ ਕਿੱਥੋਂ ਲੈ ਕੇ ਆਉਂਦਾ ਸੀਗਾ? ਬਾਈ ਜੀ ਇੱਥੇ ਪੰਜਾਬੀ ਭੰਡਾਰ ਤੋਂ ਲਗਭਗ ਸਾਰੇ ਵੀ ਇੱਥੇ ਲਈ, ਸਾਰੇ ਵੀਰ ਇੱਥੇ ਹੀ ਲਈ। ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਪੰਜਾਬ ਬੀਜ ਭੰਡਾਰ ਵਾਲਿਆਂ ਨਾਲ ਜੁੜਿਆ ਹੋਇਆ ਨੂੰ? ਸਾਨੂੰ 10 ਸਾਲ ਹੋ ਗਏ ਜੀ। 10 ਸਾਲ ਹੋਏ, ਕੋਈ ਕੰਪਲੇਂਟ? ਨਹੀਂ, ਕੋਈ ਕੰਪਲੇਂਟ ਨਹੀਂ। ਠੀਕ ਹੈ, ਤੁਹਾਨੂੰ ਵੀ? ਬਿਲਕੁਲ ਜੀ। ਅੱਛਾ, ਧੰਨਵਾਦ, ਅੱਜ ਦੀ ਵੀਡੀਓ 'ਚ ਇੰਨਾ ਕੀ।